ਚੋਰਾਂ ਦੇ ਵੱਲੋਂ ਇੱਕ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੱਡੀ ਦਾ ਅਲਾਰਮ ਵੱਜਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਰਾਤ ਨੂੰ 9 ਵਜੇ ਦਾ ਇਹ ਸਮਾਂ ਦੱਸਿਆ ਜਾ ਰਿਹਾ ਜਦੋਂ ਚੋਰਾਂ ਦੇ ਵੱਲੋਂ ਇੱਕ ਨਾਕਾਮਯਾਬ ਕੋਸ਼ਿਸ਼ ਜੋ ਹੈ ਉਹ ਗੱਡੀ ਚੁੱਕਣ ਦੀ ਕੀਤੀ ਗਈ, ਪਰ ਗਨੀਮਤ ਰਹੀ ਕਿ ਗੱਡੀ ਦਾ ਅਲਾਰਮ ਵੱਜਣ ਲੱਗ ਜਾਂਦਾ ਜਿਸ ਦੇ ਕਾਰਨ ਗੱਡੀ ਜੋ ਹੈ ਉਹ ਬਚ ਜਾਂਦੀ ਹੈ। ਪਰ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਆਖਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਕਿਵੇਂ ਸਕਦੇ ਨੇ। ਦੱਸ ਦਈਏ ਕਿ ਇੱਕ ਚੋਰਾਂ ਦੇ ਵੱਲੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਇੱਕ DPRO ਦੀ। ਤਾਂ ਦੱਸ ਦਈਏ ਕਿ ਘਰ ਦੇ ਬਾਹਰ ਇਹ ਗੱਡੀ ਖੜੀ ਹੁੰਦੀ ਹੈ ਤੇ ਅਚਾਨਕ ਹੀ ਸਕੂਟੀ ਦੇ ਉੱਤੇ 2 ਸਕੂਟੀ ਸਵਾਰ ਆਉਂਦੇ ਨੇ ਤੇ ਇੱਕ ਆਉਂਦੇ ਸਾਰ ਹੀ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰਦਾ, ਪਰ ਗੱਡੀ ਦੇ ਨਾਲ ਜਦੋਂ ਧੱਕਾ ਕਰਦਾ ਤਾਂ ਗੱਡੀ ਦਾ ਅਲਾਰਮ ਵੱਜਣ ਲੱਗ ਜਾਂਦਾ, ਲਾਈਟਾਂ ਜਗਣ ਲੱਗ ਜਾਂਦੀਆਂ ਨੇ, ਸਾਊਂਡ ਦੀ ਆਵਾਜ਼ ਆਉਂਦੀ ਹੈ, ਤਾਂ ਮੌਕੇ ਤੋਂ ਦੋਵੇਂ ਫਰਾਰ ਹੋ ਜਾਂਦੇ ਨੇ। ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਗੱਡੀ ਦੇ ਵਿੱਚ ਅਲਾਰਮ ਲੱਗਣ ਦਾ ਫਾਇਦਾ ਜੋ ਹੈ ਪੂਰਾ ਮਾਲਕ ਨੂੰ ਮਿਲਿਆ। ਦੱਸ ਦਈਏ ਕਿ ਇਹ ਇੱਕ DPRO ਦੀ ਗੱਡੀ ਦੱਸੀ ਜਾ ਰਹੀ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਇਸ ਨੂੰ ਚੁੱਕਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਗਈ ਹੈ। ਚੋਰਾਂ ਦੇ ਵੱਲੋਂ ਇੱਕ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੱਡੀ ਦਾ ਅਲਾਰਮ ਵੱਜਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਰਾਤ ਨੂੰ 9 ਵਜੇ ਦਾ ਇਹ ਸਮਾਂ ਦੱਸਿਆ ਜਾ ਰਿਹਾ ਜਦੋਂ ਚੋਰਾਂ ਦੇ ਵੱਲੋਂ ਇੱਕ ਨਾਕਾਮਯਾਬ ਕੋਸ਼ਿਸ਼ ਜੋ ਹੈ ਉਹ ਗੱਡੀ ਚੁੱਕਣ ਦੀ ਕੀਤੀ ਗਈ, ਪਰ ਗਨੀਮਤ ਰਹੀ ਕਿ ਗੱਡੀ ਦਾ ਅਲਾਰਮ ਵੱਜਣ ਲੱਗ ਜਾਂਦਾ ਜਿਸ ਦੇ ਕਾਰਨ ਗੱਡੀ ਜੋ ਹੈ ਉਹ ਬਚ ਜਾਂਦੀ ਹੈ। ਪਰ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਆਖਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਕਿਵੇਂ ਸਕਦੇ ਨੇ। ਦੱਸ ਦਈਏ ਕਿ ਇੱਕ ਚੋਰਾਂ ਦੇ ਵੱਲੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਇੱਕ DPRO ਦੀ। ਤਾਂ ਦੱਸ ਦਈਏ ਕਿ ਘਰ ਦੇ ਬਾਹਰ ਇਹ ਗੱਡੀ ਖੜੀ ਹੁੰਦੀ ਹੈ ਤੇ ਅਚਾਨਕ ਹੀ ਸਕੂਟੀ ਦੇ ਉੱਤੇ 2 ਸਕੂਟੀ ਸਵਾਰ ਆਉਂਦੇ ਨੇ ਤੇ ਇੱਕ ਆਉਂਦੇ ਸਾਰ ਹੀ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰਦਾ, ਪਰ ਗੱਡੀ ਦੇ ਨਾਲ ਜਦੋਂ ਧੱਕਾ ਕਰਦਾ ਤਾਂ ਗੱਡੀ ਦਾ ਅਲਾਰਮ ਵੱਜਣ ਲੱਗ ਜਾਂਦਾ, ਲਾਈਟਾਂ ਜਗਣ ਲੱਗ ਜਾਂਦੀਆਂ ਨੇ, ਸਾਊਂਡ ਦੀ ਆਵਾਜ਼ ਆਉਂਦੀ ਹੈ, ਤਾਂ ਮੌਕੇ ਤੋਂ ਦੋਵੇਂ ਫਰਾਰ ਹੋ ਜਾਂਦੇ ਨੇ। ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਗੱਡੀ ਦੇ ਵਿੱਚ ਅਲਾਰਮ ਲੱਗਣ ਦਾ ਫਾਇਦਾ ਜੋ ਹੈ ਪੂਰਾ ਮਾਲਕ ਨੂੰ ਮਿਲਿਆ। ਦੱਸ ਦਈਏ ਕਿ ਇਹ ਇੱਕ DPRO ਦੀ ਗੱਡੀ ਦੱਸੀ ਜਾ ਰਹੀ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਇਸ ਨੂੰ ਚੁੱਕਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਗਈ ਹੈ। ਚੋਰਾਂ ਦੇ ਵੱਲੋਂ ਇੱਕ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੱਡੀ ਦਾ ਅਲਾਰਮ ਵੱਜਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਰਾਤ ਨੂੰ 9 ਵਜੇ ਦਾ ਇਹ ਸਮਾਂ ਦੱਸਿਆ ਜਾ ਰਿਹਾ ਜਦੋਂ ਚੋਰਾਂ ਦੇ ਵੱਲੋਂ ਇੱਕ ਨਾਕਾਮਯਾਬ ਕੋਸ਼ਿਸ਼ ਜੋ ਹੈ ਉਹ ਗੱਡੀ ਚੁੱਕਣ ਦੀ ਕੀਤੀ ਗਈ, ਪਰ ਗਨੀਮਤ ਰਹੀ ਕਿ ਗੱਡੀ ਦਾ ਅਲਾਰਮ ਵੱਜਣ ਲੱਗ ਜਾਂਦਾ ਜਿਸ ਦੇ ਕਾਰਨ ਗੱਡੀ ਜੋ ਹੈ ਉਹ ਬਚ ਜਾਂਦੀ ਹੈ। ਪਰ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਆਖਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਕਿਵੇਂ ਸਕਦੇ ਨੇ। ਦੱਸ ਦਈਏ ਕਿ ਇੱਕ ਚੋਰਾਂ ਦੇ ਵੱਲੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਇੱਕ DPRO ਦੀ। ਤਾਂ ਦੱਸ ਦਈਏ ਕਿ ਘਰ ਦੇ ਬਾਹਰ ਇਹ ਗੱਡੀ ਖੜੀ ਹੁੰਦੀ ਹੈ ਤੇ ਅਚਾਨਕ ਹੀ ਸਕੂਟੀ ਦੇ ਉੱਤੇ 2 ਸਕੂਟੀ ਸਵਾਰ ਆਉਂਦੇ ਨੇ ਤੇ ਇੱਕ ਆਉਂਦੇ ਸਾਰ ਹੀ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰਦਾ, ਪਰ ਗੱਡੀ ਦੇ ਨਾਲ ਜਦੋਂ ਧੱਕਾ ਕਰਦਾ ਤਾਂ ਗੱਡੀ ਦਾ ਅਲਾਰਮ ਵੱਜਣ ਲੱਗ ਜਾਂਦਾ, ਲਾਈਟਾਂ ਜਗਣ ਲੱਗ ਜਾਂਦੀਆਂ ਨੇ, ਸਾਊਂਡ ਦੀ ਆਵਾਜ਼ ਆਉਂਦੀ ਹੈ, ਤਾਂ ਮੌਕੇ ਤੋਂ ਦੋਵੇਂ ਫਰਾਰ ਹੋ ਜਾਂਦੇ ਨੇ। ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ
ਵਾਇਰਲ ਹੋ ਰਹੀ ਹੈ ਕਿਉਂਕਿ ਗੱਡੀ ਦੇ ਵਿੱਚ ਅਲਾਰਮ ਲੱਗਣ ਦਾ ਫਾਇਦਾ ਜੋ ਹੈ ਪੂਰਾ ਮਾਲਕ ਨੂੰ ਮਿਲਿਆ। ਦੱਸ ਦਈਏ ਕਿ ਇਹ ਇੱਕ DPRO ਦੀ ਗੱਡੀ ਦੱਸੀ ਜਾ ਰਹੀ ਹੈ, ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਇਸ ਨੂੰ ਚੁੱਕਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਗਈ ਹੈ।